ਸੂਬੇ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ। ਬੀਤੇ ਦਿਨੀ ਮੋਗਾ 'ਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਸਕੂਲ ਤੋਂ ਵਾਪਸ ਆ ਰਹੇ ਵਿਕਲਾਂਗ ਅਧਿਆਪਕ ਤੋਂ ਸਵਿਫਟ ਕਾਰ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਪਿੰਡ ਬੁੱਧ ਸਿੰਘ ਵਾਲਾ ਨਿਵਾਸੀ, ਜੋ ਕਿ ਸਰਕਾਰੀ ਹਾਈ ਸਕੂਲ 'ਚ ਲੈਕਚਰਾਰ ਵਜੋਂ ਕੰਮ ਕਰ ਰਿਹਾ, ਜਦੋਂ ਉਹ ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਆਪਣੀ ਕਾਰ 'ਚ ਸਵਾਰ ਹੋ ਕੇ ਆਪਣੇ ਪਿੰਡ ਆ ਰਿਹਾ ਸੀ ਤਾਂ ਰਸਤੇ 'ਚ ਪਿੰਡ ਮੱਲੀਆਂ ਵਾਲਾ ਕੋਲ ਤਿੰਨ ਕਾਬੂਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸਦੀ ਕਾਰ ਰੋਕ ਲਈ ਅਤੇ ਉਹ ਪਿਸਤੌਲ ਦੀ ਨੋਕ ਤੇ ਕਾਰ ਖੋਹ ਕੇ ਫਰਾਰ ਹੋ ਗਏ। ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ 'ਚ ਹੋਣਗੇ। ਉਹ ਆਪਣੇ ਸਕੂਲ 'ਚੋਂ ਛੁੱਟੀ ਕਰਕੇ ਆ ਰਹੇ ਸੀ, ਰਸਤੇ 'ਚ ਤਿੰਨ ਨੌਜਵਾਨਾਂ ਨੇ ਉਹਦੀ ਮੋਟਰਸਾਈਕਲ 'ਤੇ ਉਹਦੀ ਗੱਡੀ ਰੋਕ ਕੇ ਗੱਡੀ ਖੋਹੀ ਹੈ ਅਤੇ ਉਹਦਾ ਬਿਆਨ ਦੇਖ ਕੇ ਅਸੀਂ ਕਾਰਵਾਈ ਕਰ ਰਹੇ ਹਾਂ। ਚਾਰ ਫਿਰ ਸਾਰੀਆਂ ਟੀਮਾਂ ਕੱਢ ਕੇ ਅਸੀਂ ਕੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੱਸ ਦਈਏ ਕਿ ਆਰੋਪੀਆਂ ਨੇ ਕਾਰ ਨੂੰ ਇਹ ਕਹਿ ਕੇ ਰੋਕਿਆ ਸੀ ਕਿ ਤੂੰ ਪਿੱਛੇ ਐਕਸੀਡੈਂਟ ਕਰਕੇ ਆਇਆ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ। ਮੋਗਾ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ ਲਈ।